ਆਸਟ੍ਰੇਲੀਆ ਤੇ ਗੋਲ ਆਫ ਇੰਡੀਆ ਇੰਡੀਆ ਦੀ ਟੀਮ ਦਰਮਿਆਨ ਤੇ ਆਸਟ੍ਰੇਲੀਆ ਦੀ ਟੀਮ ਦਰਮਿਆਨ ਫਸਟ ਵਨਡੇ ਮੈਚ ਸੀ। ਇੰਡੀਆ ਟੀਮ ਨੇ ਤਾਜੇ ਤੇ ਬੋਲਿੰਗ ਦਿੰਦੇ ਫੈਸ ਕੀਤਾ ਨੰਬਰ 1 ਤੇ ਆਸਟ੍ਰੇਲੀਆ ਟੀਮ ਨੇ ਬੈਟਿੰਗ ਦਿੱਤੀ। ਆਸਟ੍ਰੇਲੀਆ ਦੀ ਟੀਮ ਨੇ 35ਵੇਂ ਓਵਰ ਦੀ ਚੌਥੀ ਬਾਅਦ 188 ਸਕੋਰ ਬਣਾਇਆ। ਆਸਟ੍ਰੇਲੀਆ ਦੀ ਟੀਮ 188 ਦੇ ਆਲ ਓਵਰ 76 ਨੰਬਰ ਤੇ ਇੰਡੀਆ ਟੀਮ ਨੇ ਬੈਟਿੰਗ ਦਿੱਤੀ। ਇੰਡੀਆ ਦੀ ਟੀਮ ਨੇ 39ਵੇਂ ਓਵਰ ਦੀ 5ਵੀਂ ਬਾਅਦ ਤੇ 193 ਸਕੋਰ ਬਣਾਇਆ। ਇੰਡੀਆ ਟੀਮ ਤੋਂ 5 ਉੱਠੇ। ਇੰਡੀਆ ਟੀਮ ਨੇ ਆਸਟ੍ਰੇਲੀਆ ਟੀਮ ਤੋਂ 50 ਵਿਕਟਾਂ ਤੋਂ ਅੱਜ ਦਾ ਮੈਚ ਜਿੱਤ ਲਿਆ। ਆਸਟ੍ਰੇਲੀਆ ਟੀਮ ਤੋਂ ਮਿਚਲ ਮਾਰਸ਼ ਨੇ 65 ਬਾਲਾਂ 83 ਸਕੋਰ ਬਣਾਇਆ। ਜੋ ਸਿੰਗਲਸ ਨੇ 27 ਬਾਲਾਂ 26 ਸਕੋਰ ਬਣਾਇਆ। ਸਟੇ ਸਮਿਥ 73 ਨੇ 30 ਬਾਲਾਂ 22 ਸਕੋਰ ਬਣਾਇਆ। ਇੰਡੀਆ ਟੀਮ ਦੀ ਤਰਫੋਂ ਅਤੇ ਐਲ ਰਾਹੁਲ ਨੇ 93 ਬਾਲਾਂ 75 ਸਕੋਰ ਬਣਾਇਆ। ਰਵਿੰਦਰ ਜਡੇਜਾ 79 ਬਾਲਾਂ 45 ਸਕੋਰ ਬਣਾਇਆ। ਹਰਦਿਕ ਪਾਂਡਿਆ 33 ਬਾਲਾਂ 25 ਸਕੋਰ ਬਣਾਇਆ। ਇਹ ਤੁਹਾਨੂੰ ਅੱਜ ਦੇ ਮੈਚ ਦੀ ਹਾਈਲਾਈਟ ਦੱਸੀ ਆ। ਇੰਡੀਆ ਟੀਮ ਦਰਮਿਆਨ ਅਤੇ ਆਸਟ੍ਰੇਲੀਆ ਟੀਮ ਦਰਮਿਆਨ ਜਾਂ ਫਸਟ ਵਨਡੇ ਮੈਚ ਹੋਈ ਤੁਹਾਨੂੰ ਹਾਈਲਾਈਟ ਦੱਸੀ ਆ। ਵੀਡੀਓ ਨੂੰ ਲਾਈਕ ਜ਼ਰੂਰ ਕਰੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।